ਬਠਿੰਡਾ ਦੇ ਰੀਜਨਲ ਪੋਲੀਟੈਕਨਿਕ ਕਾਲਜ ਵਿੱਚ ਬੀਤੇ ਦਿਨੀ ਜੇਈ ਦਾ ਪੇਪਰ ਦੇਣ ਆਏ ਵਿਦਿਆਰਥੀਆਂ ਤੋਂ ਕੜੇ ਉਤਾਰਨ ਦਾ ਮਾਮਲਾ ਗਰਮਾ ਗਿਆ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਇਸ ਘਟਨਾ ਦੇ ਸੰਬੰਧ ਵਿੱਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਬਹੁਤ ਹੀ ਮੰਦਭਾਗੀ ਘਟਨਾ ਜਦੋਂ ਭਾਰਤ ਦੇ ਵਿੱਚ ਕਿਤੇ ਕਿਸੇ ਸਿੱਖ ਦੇ ਕਕਾਰ ਲੁਹਾਏ ਜਾਂਦੇ ਆ, ਪਰ ਇਹ ਘਟਨਾ ਸਭ ਤੋਂ ਵੱਧ ਮੰਦਭਾਗੀ ਹੈ ਕਿਉਂਕਿ ਇਹ ਪੰਜਾਬ ਦੀ ਧਰਤੀ ਦੇ ਉੱਤੇ ਵਾਪਰੀ ਹੈ। ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਨਿੱਜੀ ਕਾਲਜ ਦੇ ਵਿੱਚ ਇਮਤਿਹਾਨ ਦੇ ਦੌਰਾਨ ਇੱਕ ਸਿੱਖ ਨੌਜਵਾਨ ਦਾ ਕੜਾ ਉਤਰਵਾਇਆ ਗਿਆ, ਕਿਉਂਕਿ ਪੰਜਾਬ ਦੇ ਵਿੱਚ ਕੌਣ ਨਹੀਂ ਜਾਣਦਾ ਕਿ ਕਕਾਰ ਜਿਹੜਾ ਹੈ ਉਹ ਸਿੱਖਾਂ ਦਾ ਔਰ ਸਿੱਖੀ ਦਾ ਇੱਕ ਵਿਸ਼ੇਸ਼ ਜਿਹੜਾ ਅੰਗ ਹੈ, ਹਿੱਸਾ ਹੈ, ਕਕਾਰ ਹੈ। ਤਾਂ ਸਾਨੂੰ ਸ਼ੰਕਾ ਹੈ ਕਿ ਇਹ ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦਾ ਜਿਹੜਾ ਉਹ ਕੀਤਾ ਇੱਕ ਯਤਨ ਹੋ ਸਕਦਾ, ਕਿਉਂਕਿ ਬਾਹਰਲੀਆਂ ਸਟੇਟਾਂ 'ਚ ਅਸੀਂ ਮੰਨ ਸਕਦੇ ਹਾਂ ਵੀ ਚਲੋ ਅਧਿਕਾਰੀਆਂ ਨੂੰ ਪਤਾ ਨਾ ਹੋਏਗਾ, ਲੇਕਿਨ ਪੰਜਾਬ ਦੀ ਧਰਤੀ ਦੇ ਉੱਤੇ ਹਰ ਸ਼ਖਸ, ਚਾਹੇ ਉਹ ਕਿਸੇ ਵੀ ਮਜ਼ਹਬ ਧਰਮ ਨਾਲ ਸੰਬੰਧ ਰੱਖਦਾ, ਉਹ ਸਿੱਖਾਂ ਦੇ ਕਕਾਰਾਂ ਬਾਰੇ ਜ਼ਰੂਰ ਜਾਣਦਾ। ਅਤੇ ਜਾਣਨ ਦੇ ਬਾਵਜੂਦ ਕੜਾ ਨੌਜਵਾਨ ਦਾ ਉਤਰਾਉਣਾ, ਸਿੱਖ ਨੌਜਵਾਨ ਦਾ ਕੜਾ ਲਹਾਉਣਾ, ਇਹ ਪੰਜਾਬ ਦੀ ਧਰਤੀ ਦੇ ਉੱਤੇ ਬੇਹੱਦ ਜਿਹੜਾ ਹੈ ਉਹ ਮੰਦਭਾਗਾ ਇੱਕ ਘਿਨਾਉਣਾ ਕਰਮ ਹੈ। ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ, ਜਿਹੜੇ ਵੀ ਦੋਸ਼ੀ ਹੈ ਉਹਨਾਂ ਨੂੰ ਸਖ਼ਤ ਜਿਹੜਾ ਹੈ ਉਹਨਾਂ 'ਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਧਰ ਕਾਲਜ ਪ੍ਰਬੰਧਕਾਂ ਨੇ ਇਸ ਮੁੱਦੇ 'ਤੇ ਸਫਾਈ ਦਿੱਤੀ। ਜਿਹੜੀ ਹੈਗੀ ਹੈ NTA ਵੱਲੋਂ, ਨੈਸ਼ਨਲ ਟੈਸਟਿੰਗ ਏਜੰਸੀ, ਜੋ ਇਹਨੂੰ ਕਿ ਕੰਡਕਟ ਕਰਦੀ ਆ, ਉਹਦੇ ਵੱਲੋਂ ਹਦਾਇਤਾਂ ਰਹਿੰਦੀਆਂ ਕਿ ਬੱਚਾ ਜਿਹੜਾ ਹੈਗਾ ਥੋਰਲੀ ਉਹਦੀ ਫ੍ਰਿਸਕਿੰਗ ਜਿਹੜੀ ਹੈਗੀ ਕੀਤੀ ਜਾਵੇ। ਉਹਦੇ ਕੋਲ ਕੋਈ ਵੀ ਮੈਟਲਿਕ, ਕੋਈ ਬਲੂਟੂਥ ਡਿਵਾਈਸ, ਕੋਈ ਇਲੈਕਟ੍ਰੋਨਿਕ ਚੀਜ਼ ਜਾਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਬੱਚੇ ਕੋਲ ਨਹੀਂ ਹੋਣੀ ਚਾਹੀਦੀ। ਅਤੇ ਉਸੇ ਚੈਕਿੰਗ ਦੇ ਦੌਰਾਨ ਜਿਹੜਾ ਸੀਗਾ ਬੱਚੇ ਕੋਲ ਮੈਟਲਿਕ ਚੀਜ਼ ਜਿਹੜੀ ਸੀਗੀ, ਅਤੇ ਉਸਨੂੰ ਥੋੜ੍ਹਾ ਕਿਹਾ ਗਿਆ ਕਿ ਤੁਸੀਂ ਬੇਟਾ ਇਹਨੂੰ ਥੋੜ੍ਹਾ ਜਿਹਾ ਰਿਮੂਵ ਕਰੋ, ਕਿਉਂਕਿ ਇਹ ਥੋੜ੍ਹਾ ਨੋਰਮਸ ਦੇ ਅਗੇਂਸਟ ਆ, ਕਿਉਂਕਿ ਜਿਹੜੇ ਸਰ ਸਾਡੇ ਮੈਟਲਿਕ ਡਿਟੈਕਟਰਸ ਰਹਿੰਦੇ ਆ ਉਹ ਮਤਲਬ ਚੀਜ਼ਾਂ ਨੂੰ ਤੁਰੰਤ ਕੈਚ ਕਰ ਲੈਂਦੇ ਆ, ਤਾਂ ਉਹਦੇ ਵਿੱਚ ਫਿਰ ਬੱਚੇ ਨੂੰ ਮਤਲਬ ਥੋੜ੍ਹੀ ਜਿਹੀ ਬੋਦਰੇਸ਼ਨ ਹੁੰਦੀ ਆ, ਪਰੇਸ਼ਾਨੀ ਹੁੰਦੀ ਹੈ ਐਗਜ਼ਾਮ ਦੇਣ ਦੇ ਵਿੱਚ, ਤਾਂ ਜਸਟ ਉਹੀ ਬੱਚੇ ਨੂੰ ਕਿਹਾ ਗਿਆ। ਅਤੇ ਉਹਦੇ ਬਾਅਦ ਥੋੜ੍ਹੀ ਜਿਹੀ ਇੱਕ ਮਿਸਅੰਡਰਸਟੈਂਡਿੰਗ ਜਿਹੜੀ ਸੀਗੀ, ਕੁਛ ਪੇਰੈਂਟਸ ਉੱਥੇ ਖੜ੍ਹੇ ਸੀਗੇ ਜਿਨ੍ਹਾਂ ਨੇ ਮਤਲਬ ਉਸ ਇਸ਼ੂ ਜਿਹੜਾ ਹੈਗਾ ਥੋੜ੍ਹਾ ਜਿਹਾ ਰੇਜ਼ ਅਪ ਕੀਤਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।